ਦੇਸ਼ ਤੇ ਹੋਣਾ ਹਿੱਸਿਆ ਵਾਂਗ ਪੰਜਾਬ ਵਿੱਚ ਵੀ ਈਦੁਲ ਫਿਤਰ ਦਾ ਤਿਉਹਾਰ ਅਜਪੁਰ ਇਸਰਦਾ ਪਾਈਚਾਰੇ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮਲੇਰਕੋਟਲਾ ਦੀ ਈਦਗਾ ਵਿਖੇ ਹੋਏ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਗਿਣਤੀ ਵਿੱਚ ਮੁਸਲਿਮ ਪਾਈਚਾਰੇ ਦੇ ਲੋਕਾਂ ਨਾਲ ਈਦ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਸ਼ਾਂਤੀ ਤੇ ਖੁਸ਼ਹਾਲੀ ਦੀ ਦੁਆ ਕੀਤੀ ਗਈ। ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।